ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ। ਅਤੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਪਾਂ ਹਾਜ਼ਰ ਹੋ ਗਏ ਹਾਂ ਜੀ ਤੁਹਾਡੇ ਲਈ। ਅਤੇ ਬਹੁਤ ਘੈਂਟ ਵਲੋਗ ਆ, ਅਰਜਨ ਵਾਲੇ ਭਰਾਵਾਂ ਦੇ ਲਈ ਸਪੈਸ਼ਲ ਵੀਡੀਓ ਆ। ਅਤੇ ਬਹੁਤ ਸੋਹਣਾ ਭਰਾ ਨੇ ਅਰਜਨ ਜਿਹੜਾ ਤਿਆਰ ਕੀਤਾ ਆ, ਸੁੱਖੀ ਭਰਾ ਆਪਣੇ ਨਾਲ ਆ। ਅਤੇ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ, ਪੂਰੀ ਡਿਟੇਲ ਦੇਵਾਂਗੇ ਕੀ ਮੋਡੀਫਿਕੇਸ਼ਨ ਹੋਈ ਆ। ਪਹਿਲਾਂ ਵੀ ਆਪਾਂ ਇਹਦੀ ਵੀਡੀਓ ਕੀਤੀ ਸੀਗੀ, ਉਦੋਂ ਜਿਹੜੀ ਮੋਡੀਫਿਕੇਸ਼ਨ ਥੋੜ੍ਹੀ ਜਿਹੀ ਹੁਣ ਉਹਦੇ ਨਾਲ ਉਹ ਚੇਂਜ ਕੀਤੀ ਹੋਈ ਆ, ਹੈ ਨਾ, ਸਿਸਟਮ ਦੇ ਰਿਲੇਟਡ, ਦਰੂਫ ਦੇ ਰਿਲੇਟਡ, ਹੈ ਨਾ। ਅਤੇ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਹੋਇਆ, ਪੂਰੀ ਡਿਟੇਲ ਦੇਵਾਂਗੇ ਕੀ ਕੋਸਟ ਪੈਗੀ ਉਹਦਾ ਵੀ ਸਾਰਾ ਦੱਸਾਂਗੇ। ਅਤੇ ਬਾਕੀ ਜਿੰਨਾ ਮਤਲਬ ਰੂਫ ਵਗੈਰਾ ਦਾ ਕੰਮ ਹੋਇਆ ਉਹ ਗਿੱਲ ਭਰਾ ਕੋਲੋਂ ਹੋਇਆ ਹੋਇਆ ਨਾ ਇਹਦਾ, ਅਤੇ ਬਹੁਤ ਘੈਂਟ ਰੂਫ ਤਿਆਰ ਹੋਈ ਹੋਈ ਆ, ਪੂਰੀ ਡਿਟੇਲ ਦਿੰਦੇ ਹਾਂ ਉਹ ਕਰਦੇ ਸੁੱਖੀ ਭਰਾ ਦੇ ਨਾਲ ਗੱਲਬਾਤ। ਫਿਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਤਾਂ ਮੇਰੇ ਜਿੰਨੇ ਵੀ ਭਰਾ ਵੀਡੀਓ ਦੇਖਦੇ ਸਾਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਅਤੇ ਆਪਣਾ ਇੱਕ ਵਾਰੀ ਪੂਰਾ ਨਾਮ ਦੱਸ ਦਿਓ। ਮੇਰਾ ਨਾਮ ਹੈਗਾ ਸੁਖਦੀਪ ਸਿੰਘ ਭਾਜੀ। ਠੀਕ ਹੈ। ਅਤੇ ਏਰੀਆ ਕਿਹੜੇ ਤੋਂ ਆ? ਆਪਾਂ ਨਵਾਂ ਸ਼ਹਿਰ ਸਹਿਵਾਜਪੁਰ ਪਿੰਡ ਆ ਭਾਜੀ। ਠੀਕ ਹੈ। ਅਤੇ ਜਿਹੜਾ ਟਰੈਕਟਰ ਆ ਵੀਰੇ, ਇਹਦਾ ਕੀ ਮਾਡਲ ਆ? ਇਹ ਮਾਡਲ ਹੈਗਾ ਭਾਜੀ 12 ਮਾਡਲ। ਠੀਕ ਹੈ। ਅਤੇ ਬਾਕੀ ਪੂਰੀ ਡਿਟੇਲ ਦਿੰਦੇ ਮੋਡੀਫਿਕੇਸ਼ਨ ਦੀ ਕੀ ਹੋਈ ਆ, ਅਤੇ ਨਾਲ ਨਾਲ ਰੇਟ ਦੱਸੀ ਜਾਂਦੇ ਹਾਂ ਕੀ ਭਰਾ। ਮਤਲਬ ਆਪਾਂ ਜਿੱਦਾਂ ਇਹ 12 ਮਾਡਲ ਆ, ਹੈ ਨਾ, ਇਹਦੇ ਵਿੱਚ ਆਪਾਂ ਇੰਜਣ ਦੇ ਵਿੱਚ ਕੋਈ ਮੋਡੀਫਿਕੇਸ਼ਨ ਇਹਦੇ ਕੀਤੀ ਜਾਂ ਕਿੱਦਾਂ ਨੋਰਮਲ ਜੀ? ਭਾਈ ਨੋਰਮਲ ਹੀ ਆ। ਨੋਰਮਲ ਚੱਲਦਾ। ਕਿੰਨੇ ਹੌਸ ਪਾਵਰ ਆ ਜਿੱਦਾਂ ਇਹ? ਇਹ ਭਾਜੀ ਉਹੀ 60 ਹੌਸ ਪਾਵਰ ਭਾਜੀ। ਠੀਕ ਹੈ। ਤੇ ਤੇਲ ਤੂਲ ਖੋਲਿਆ ਕਿ ਉਹ ਵੀ ਮਤਲਬ ਨੋਰਮਲ ਹੀ ਚੱਲਦਾ ਪਿਆ? ਨੋਰਮਲ ਹੀ ਆ, ਉਹਦਾ ਸਪੀਡ ਕਰਾਈਓ ਭਾਜੀ ਇਹਦੀ। ਠੀਕ ਹੈ। ਸਪੀਡ 100 ਪਲੱਸ ਆ ਭਾਜੀ, 90 ਪਲੱਸ ਆ। ਠੀਕ ਹੈ। ਹਾਂਜੀ ਭਾਜੀ। ਠੀਕ ਹੈ। ਤੇ ਬਾਕੀ ਹੋਲੇ ਮਹੱਲੇ ਤੇ ਵੀ ਆਪਾਂ ਗਏ ਸੀ ਨਾ, ਵਿਸਾਖੀ ਤੇ ਨਹੀਂ ਗਏ, ਹੋਲੇ ਮਹੱਲੇ ਤੇ ਹੀ ਗਏ ਭਾਜੀ। ਹਾਂਜੀ। ਠੀਕ ਹੈ। ਤੇ ਜਿਹੜੀ ਹੁਣ ਆਪਾਂ ਮੋਡੀਫਿਕੇਸ਼ਨ ਦੀ ਗੱਲਬਾਤ ਕਰਦੇ, ਬੰਪਰ ਜਿਹੜਾ ਲੱਗਾ ਭਾਜੀ, ਇਹਦੇ ਬਾਰੇ ਦੱਸ ਦਿਓ ਕਿੰਨੀ ਲੈਂਥ ਹੈ ਇਹਦੀ ਤੇ ਵਜਨ ਕਿੰਨਾ ਇਹਦਾ? ਇਹ ਭਾਜੀ ਉਹੀ 16 ਇੰਚ ਲੰਬਾ ਹੈ ਭਾਜੀ। ਠੀਕ ਹੈ। ਤੇ ਉਹੀ ਦਾ 60-65 ਕਿਲੋ ਵੇਟ ਆ। ਤੇ ਜਿਹੜੀ ਮਤਲਬ ਫਰੰਟ ਸਾਈਡ ਤੇ ਬੈਜਿੰਗ ਲੱਗੀ ਆ, ਹਾਂਜੀ, ਇਹਦੇ ਬਾਰੇ? ਇਹ ਭਾਜੀ ਸ਼ਹਿਰ ਤੋਂ ਇੱਥੇ ਨਵਾਂ ਸ਼ਹਿਰ ਬਣਵਾਈ ਸੀ ਆਪਣੇ। ਠੀਕ ਹੈ ਭਾਈ। ਇਹ ਲਗਭਗ ਭਾਜੀ 3000 ਦੇ ਵਿੱਚ 1:47। ਅੱਛਾ ਜੀ। ਠੀਕ ਹੈ ਭਾਜੀ, ਠੀਕ ਹੈ। ਤੇ ਬੈਕ ਸਾਈਡ ਤੇ ਜਿਹੜੀ ਲੱਗੀ ਹੋਈ ਹੈ, ਫਿਰ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ। ਬਹੁਤ ਘੈਂਟ ਲੱਗਦੀ, ਨਾਲੇ ਅਲੱਗ ਜੀ ਚੀਜ਼ ਹੋਊਗੀ ਕੁਛ, ਹੈ ਨਾ। ਠੀਕ ਹੈ। ਤੇ ਕਿੰਨੇ ਇਹਦਾ, ਦੋਵਾਂ ਦਾ ਕਿੰਨਾ ਰੇਟ ਪਿਆ? ਇਹ ਭਾਈ 3000 ਦੋਵਾਂ ਦਾ ਇੰਨਾ ਪਿਆ, ਹੈ ਨਾ। ਠੀਕ ਹੈ। ਤੇ ਜਿਹੜਾ ਬੰਪਰ ਉਹਦੀ ਕੀ ਕੋਸਟ ਪਈ ਸੀ ਆਪਾਂ ਨੂੰ? ਭਾਜੀ ਉਹੀ ਲਗਭਗ 7000 ਰੁਪਏ। 7000 ਵਿੱਚ। ਹਾਂਜੀ। ਠੀਕ ਹੈ। ਤੇ ਰੂਟਸ ਦੇ ਥੱਲੇ ਹੌਰਨ ਤੇ ਲੱਗੇ ਦੇਖ ਸਕਦੇ ਆ, ਤੇ ਉੱਪਰਲੀ ਸਾਈਡ ਤੇ ਹੌਰਨ ਜਿਹੜੇ ਪ੍ਰੈਸ਼ਰ ਹੌਰਨ ਉਹ ਵੀ ਲੱਗੇ ਹੋਏ ਆ। ਰੂਟਸ ਦੇ 1500-1600 ਦੀ ਜੋੜੀ ਆ, ਹੈ ਨਾ। ਤੇ ਰੂਟਸ ਜਿਹੜੇ ਮਤਲਬ ਆਪਾਂ ਪ੍ਰੈਸ਼ਰ ਹੌਰਨ ਯੂਜ਼ ਕੀਤੇ ਭਾਜੀ, ਇਹ ਆਪਾਂ ਕਿਹੜੇ ਜਿੱਦਾਂ ਯੂਜ਼ ਕੀਤੇ ਬ੍ਰਾਂਡ? ਸੋਰਸ ਦੇ ਆ ਭਾਜੀ। ਠੀਕ ਆ। ਤੇ ਘੈਂਟ ਆ ਸਾਊਂਡ ਪੂਰੀ ਭਾਜੀ, ਐਨ ਬਹੁਤ ਵਧੀਆ। ਠੀਕ ਆ। ਤੇ ਇਹ ਕਿੰਨੇ ਦੇ, ਜਿੱਦਾਂ ਆਪਾਂ ਨੂੰ ਹੌਰਨ ਕਿੰਨੇ ਕਦੇ ਪੈ ਗਏ ਸੀ? ਇਹ ਓਵਰਆਲ ਭਾਜੀ ਸਾਰਾ ਸਮਾਨ 14-15 ਹਜ਼ਾਰ ਦੇ ਵਿੱਚ ਕੰਪਰੈਸ਼ਰ ਵਗੈਰਾ ਸਾਰੀ ਫਿਟਿੰਗ ਫੁਟਿੰਗ ਕਰਕੇ, ਹੈ ਨਾ, ਸਾਰਾ ਕੁਝ। ਠੀਕ ਆ। ਤੇ ਟੈਂਕੀ ਮਤਲਬ ਇਹ ਟੈਂਕੀ ਦਾ ਕੀ ਹਿਸਾਬ ਹੁੰਦਾ ਵੀ, ਲੈਂਥ ਦੇ ਹਿਸਾਬ ਨਾਲ ਮਿਲਦੀ ਹੁੰਦੀ ਜਾਂ ਕਿੱਦਾਂ ਮਿਲਦੀ ਹੁੰਦੀ? ਨਹੀਂ ਭਾਜੀ, ਇਹ ਟਿੱਪਰਾਂ ਦੀ ਹੋ ਗਈ, ਜਿੱਦਾਂ ਆਪਾਂ ਲੈ ਲੈਂਦੇ ਆ ਨਾ, ਲੱਗੇ ਜਾਂਦੇ ਆ। ਠੀਕ ਹੈ। ਤਾਂ ਉਹਨਾਂ ਦੇ ਨਾਲ ਇੱਦਾਂ ਲਾ ਕੇ ਕੋਈ ਕਬਾੜ 'ਚ ਮਿਲ ਜਾਂਦੀ ਭਾਜੀ। ਠੀਕ ਹੈ। ਤੇ ਮਤਲਬ ਇਹਦੀ ਕੋਸਟ ਕਿੰਨੀ ਕਹੂਗੀ ਟੈਂਕੀ ਦੀ? ਜਿੱਦਾਂ ਇਹ ਲਗਭਗ ਭਾਜੀ 1000-1500 ਦੀ। 1000-1500। ਤੇ ਬਾਕੀ ਜਿਹੜਾ ਮਤਲਬ ਤੁਸੀਂ ਛੇਕ ਜ਼ਰੂਰ ਲਵਾ ਲਿਆ ਕਰੋ, ਉਹਦੇ ਨਾਲ ਜਿੱਦਾਂ ਆਪਾਂ ਨੂੰ ਪਤਾ ਰਹਿੰਦਾ, ਹੈ ਨਾ। ਹਾਂ, ਇਹਨੂੰ ਲੱਗੀ ਹੋਈ ਆ, ਤਾਂ ਉਹ ਜ਼ਰੂਰ ਮੇਰੇ ਭਰਾ ਲਗਵਾ ਲਿਆ ਕਰੋ, ਕਿਉਂਕਿ ਉਹਦੇ ਨਾਲ ਫਾਇਦਾ ਹੀ ਆ, ਨੁਕਸਾਨ ਨਹੀਂ ਕੋਈ ਹੁੰਦਾ, ਹੈ ਨਾ। ਹਾਂ। ਤੇ ਬਾਕੀ ਥੱਲੇ ਬਾਰ ਲੱਗੀ ਦੇ ਸਕਦੇ ਤੁਸੀਂ, 42-40 ਵਾਲੀ ਫੁੱਲ ਸਾਈਜ਼। ਇਹ ਕਿੰਨੇ ਦਾ ਰੇਟ ਹੋਊਗਾ ਇਹਦਾ? ਇਹ ਭਾਜੀ 2000 ਦੇ ਰੇਟ, ਹੈ ਨਾ। ਠੀਕ ਆ। ਤੇ 2 ਫੁੱਟ ਟਾਇਰਾਂ ਦੀ ਵੀਰੇ ਆਪਾਂ ਗੱਲ ਕਰਦੇ ਹਾਂ, ਇਹਦੇ ਬਾਰੇ ਥੋੜ੍ਹਾ ਦੱਸ ਦਿਓ, ਬ੍ਰਾਂਡ ਕਿਹੜਾ ਯੂਜ਼ ਕੀਤਾ? ਐਮਆਰਐਲ ਹੈ ਭਾਜੀ। ਠੀਕ ਆ। ਤੇ ਸਪੇਸਰ ਨਾਲ ਕਿ ਵਿਦਆਊਟ ਸਪੇਸਰ? ਨਾਲ ਹੈ, ਸਪੇਸਰ ਨਾਲ, ਹੈ ਨਾ। ਤੇ ਕੀ ਕੋਸਟ ਇਹਨਾਂ ਦੀ ਪਈ ਸੀ ਆਪਾਂ ਨੂੰ? 38000 ਦੇ ਕਰੀਬ। ਠੀਕ ਹੈ। ਤੇ ਇਹ ਮਤਲਬ ਸਪੇਸਰ ਪਾ ਕੇ 38 ਚ ਪੈ ਗਏ ਨਾ? ਠੀਕ ਹੈ। ਮਤਲਬ ਉਹੀ 35-35 ਦੇ ਏੜ ਗੇੜਾ ਨਾ, ਬਾਕੀ ਸਪੇਸ ਹੁਣ ਜਿੱਦਾਂ ਪਹਿਲਾਂ ਜ਼ਿਆਦਾ ਸੀਗਾ ਕਰੇਜ ਜ਼ਿਆਦਾ ਨਵੇਂ ਚੱਲੇ ਸੀ। ਹਾਂਜੀ ਹਾਂਜੀ, ਹੁਣ ਥੋੜ੍ਹਾ ਜਿਹਾ ਹੁਣ ਰੇਟ ਘੱਟ ਗਿਆ ਥੋੜ੍ਹਾ ਜਿਹਾ, ਕਿਉਂਕਿ ਇੱਦਾਂ ਪਹਿਲਾਂ ਜਦੋਂ ਮਤਲਬ ਇਹ ਚੀਜ਼ ਆਈ ਸੀਗੀ ਉਦੋਂ ਰੇਟ ਕਿਸੇ ਨੂੰ ਨਹੀਂ ਸੀ ਪਤਾ ਲੱਗਾ ਦਾ ਆਈ ਸੀਗਾ, ਕੋਈ 40 ਦੇ ਪਾਈ ਜਾਂਦਾ, 45 ਦੇ ਪਾਈ ਜਾਂਦਾ, ਹੈ ਨਾ। ਇਹ ਚੱਕਰ ਆ ਵੀ ਹੁਣ ਤਾਂ ਮਤਲਬ ਇੱਦਾਂ ਵਰਾਇਟੀ ਵੀ ਬਹੁਤ ਆ ਗਈ ਆ। ਹੁਣ ਇਸ ਟਾਈਮ ਤੇ ਐਮਆਰਐਲ ਜਿਹੜਾ ਆ ਉਹ ਦੂਜੇ ਨੰਬਰ ਤੇ ਚੱਲਦਾ ਪਿਆ, ਪਹਿਲੇ ਤੇ ਬੀਕੇਟੀ ਆ। ਤੇ ਬੀਕੇਟੀ ਇੱਦਾਂ ਆ ਥੋੜ੍ਹਾ ਜਿਹਾ ਵਾਈਡ ਆ, ਟਾਇਰ ਪੂਰਾ ਖੁੱਲਦਾ ਆ, ਪੂਰਾ ਟਾਇਰ ਉਹ, ਹੈ ਨਾ, ਫਲੈਟ ਟਾਇਰ ਆ ਪੂਰਾ। ਇਹ ਥੋੜ੍ਹਾ ਜਿਹਾ ਵਿਚਾਲੇ ਆਪਾਂ ਦੇਖ ਸਕਦੇ ਵੀ ਗਲਾਈ 'ਚ ਆ, ਹੈ ਨਾ ਵੀਰੇ? ਠੀਕ ਆ। ਤੇ ਬਾਕੀ ਇੰਜਣ ਦੇ ਬਾਰੇ ਆਪਾਂ ਤੁਹਾਨੂੰ ਡਿਟੇਲ ਦੇ ਚੁੱਕੇ ਹਾਂ, ਤੇ ਬਾਕੀ ਲਾਈਟਿੰਗ ਵਗੈਰਾ ਕਾਫੀ ਲੱਗੀ, ਰਾਤ ਦਾ ਸ਼ਾਟ ਹੋਇਆ ਤਾਂ ਆਪਾਂ ਜ਼ਰੂਰ ਤੁਹਾਨੂੰ ਐਡ ਕਰ ਦਾਂਗੇ। ਤੇ ਟੈਂਕੀ ਦੀ ਪਲੇਸਮੈਂਟ ਤੁਸੀਂ ਦੇਖ ਲਓ ਪਹਿਲਾਂ, ਤੇ ਨਾਲ ਦੀ ਨਾਲ ਫਿਟਿੰਗ, ਕੰਪਰੈਸ਼ਰ ਅੰਦਰ ਹੀ ਆ, ਹੈ ਨਾ, ਤੇ ਜਿਹੜਾ ਮਤਲਬ ਅਲਟੀਨੇਟਰ ਵਗੈਰਾ ਆਪਾਂ ਚੇਂਜ ਕੀਤਾ ਭਾਈ ਕਿ ਨਾਰਮਲ ਹੀ ਚੱਲਦਾ? 60 ਐਂਪੀਅਰ ਦਾ ਨਾਰਮਲ ਹੈ। ਨਾਰਮਲ ਚੱਲਦਾ। ਤੇ ਕਿੰਨੇ ਸਬਵੂਫਰ ਜਿਹਦਾ ਐਨ ਵਧੀਆ ਉੱਤੇ ਚੱਲਦੇ ਪਏ ਨਾਰਮਲ ਵਾਲੇ ਤੇ? ਨਾਰਮਲ ਵਾਲੇ ਤੇ ਭਾਜੀ 8 ਸਬਵੂਫਰ ਚੱਲਦੇ ਆ। ਐਨ ਓਕੇ? ਹਾਂਜੀ, ਐਨ ਓਕੇ ਚੱਲ ਰਿਹਾ ਸਿਸਟਮ ਚੈੱਕ ਕਰ। ਠੀਕ ਹੈ ਵੀਰੇ, ਠੀਕ ਹੈ। ਤੇ ਬੈਜਿੰਗ ਨੋ ਫਾਰਮਰ ਨੋ ਫੂਡ ਦੀ, ਤੇ ਲਾਇਸੈਂਸਰ ਜਿਹੜਾ ਲੱਗਾ ਤੇ ਦੇ ਸਕਦੇ ਆ। ਰੈਂਗ ਇਹਨੇ ਕੱਢਣੇ ਨਹੀਂ ਕਿਉਂਕਿ ਟੇਡਾ ਕੱਟ ਹੋਇਆ ਹੋਇਆ, ਜੇ ਮਤਲਬ ਰੈਂਗ ਕਢਾਉਣੇ ਹੋਣ ਤਾਂ ਫਿਰ ਸਿੱਧਾ ਕਰਾਉਣਾ ਪੈਂਦਾ, ਹੈ ਨਾ ਵੀਰੇ? ਠੀਕ ਹੈ। ਤੇ ਕੀ ਕੋਸਟ ਇਹਦੀ ਆਪਾਂ ਨੂੰ ਲਾਇਸੈਂਸਰ ਦੀ ਕਿੰਨੀ ਕੁ ਪੈ ਗਈ ਜਿੱਦਾਂ? ਇਹ ਭਾਜੀ 2000 ਦੇ ਕਰੀਬ। ਠੀਕ ਹੈ। ਹਾਂਜੀ, 2000।
ਤੇ ਮਤਲਬ ਵਧੀਆ ਉੱਤੇ 110 ਵਾਧੂ ਆ ਹਾਂਜੀ ਵਾਧੂ ਆ ਭਾਜੀ ਹਨਾ ਹਾਂ 90 ਜਾਂ 100 ਮਤਲਬ ਆਮ ਤੌਰ ਤੇ ਆਪਾਂ ਵਰਤਦੇ ਆ 110 ਨੇ ਆਪਣੇ ਆਪ ਹੀ ਮਤਲਬ ਵਧੀਆ ਚਲਾਉਣੇ ਚਲਾਉਣੇ ਸਭੂ ਫਿਰ ਹਨਾ ਠੀਕ ਆ ਵੀਰੇ ਤੇ ਬਾਕੀ ਹੁਣ ਆਪਾਂ ਮਗਲੀ ਸਾਈਡ ਤੇ ਚੱਲਦੇ ਆ ਤੇ ਸਿਸਟਮ ਤੇ ਰੂਫ ਜਿੰਨਾ ਵੀ ਤਿਆਰ ਹੋਇਆ ਬਹੁਤ ਘੈਂਟ ਤੇ ਉਹਦੇ ਬਾਰੇ ਪੂਰੀ ਡਿਟੇਲ ਤੁਹਾਨੂੰ ਦਿੰਨੇ ਆ ਤੇ ਵੀਰੇ ਜਿਹੜਾ ਮਤਲਬ ਆਪਾਂ ਰੇਸ ਵਗੈਰਾ ਉੱਪਰ ਕੀਤੀ ਆ ਇਹ ਵੀ ਮਤਲਬ ਪਹਿਲਾਂ ਇਹਨਾਂ ਦੇ ਤਾਂ ਆਉਂਦੀ ਨਹੀਂ ਪਹਿਲੀ ਗੱਲ ਤਾਂ ਨਾ ਪਹਿਲੀ ਗੱਲ ਤਾਂ ਪਹਿਲੇ ਮਤਲਬ ਨਵੇਂ ਟ੍ਰੈਕਟਰ ਜਿੰਨੇ ਵੀ ਕਿਸੇ ਦੇ ਵੀ ਨਹੀਂ ਆਉਂਦੀ ਹਨਾ ਇਹ ਆਪ ਹੀ ਲਗਵਾਉਂਦੇ ਸਾਰੇ ਹਨਾ ਕੀ ਕੋਸਟ ਆਪਾਂ ਨੂੰ ਇਹਦੀ ਪਈ ਸੀਗੀ ਭਾਜੀ 1500 ਰੁਪਈਆ ਠੀਕ ਹੈ ਫਿਟਿੰਗ ਵਗੈਰਾ ਕਰਕੇ ਸਾਰੇ ਹਨਾ ਠੀਕ ਹੈ ਵੀਰੇ ਤੇ ਬਾਕੀ ਜਿੱਦਾਂ ਮਤਲਬ ਜਿਨ੍ਹਾਂ ਨੇ ਆਪ ਕਈ ਆਪਣੇ ਭਰਾ ਹੈਗੇ ਆਪ ਕੰਮ ਕਰ ਲੈਂਦੇ ਇਹਨਾਂ ਨੂੰ ਸਸਤੀ ਵੀ ਪੈਂਦੀ ਕਿਉਂਕਿ ਫਿਟਿੰਗ ਦੇ ਆਪਣੇ ਬਹੁਤ ਜਿੱਦਾਂ ਭਰਾ ਕਈ ਪੈਸੇ ਲੈ ਲੈਂਦੇ ਆ ਇਸ ਕਰਕੇ ਤੇ ਬਾਕੀ ਘਾਹ ਲੱਗਾ ਹੋਇਆ ਥੱਲੇ ਤੁਸੀਂ ਦੇਖ ਸਕਦੇ ਆ ਇਹਦਾ ਇਹ ਫਾਇਦਾ ਵੀ ਰੰਗ ਰੁੰਗ ਤੋਂ ਵੀ ਬਚਿਆ ਰਹਿੰਦਾ ਵੀ ਖਰਾਬ ਨਹੀਂ ਹੁੰਦਾ ਤੇ ਨਾਲੇ ਸੋਹਣਾ ਲੱਗਦਾ ਲੱਗੀ ਚੀਜ਼ ਤੇ ਭਰਾ ਨੇ ਮਤਲਬ ਇਹ ਨਹੀਂਗਾ ਕਿ ਕੱਲਾ ਇੱਥੇ ਫਰੰਟ ਤੇ ਲਾਇਆ ਹੋਇਆ ਦੇਖ ਸਕਦੇ ਤੁਸੀਂ ਸੀਟ ਦੇ ਥੱਲੇ ਵਗੈਰਾ ਵੀ ਸਾਰਾ ਕਵਰ ਕੀਤਾ ਹੋਇਆ ਵਿੱਚ ਇਹਦੇ ਤੇ ਬਹੁਤ ਸੋਹਣੀ ਚੀਜ਼ ਲੱਗੀ ਇਹਦਾ ਕਿੰਨੇ ਕੁ ਦਾ ਖਰਚਾ ਵੀਰੇ ਹੋਊਗਾ ਘਾਹ ਦਾ ਇਹ ਭਾਜੀ 6-7 ਕੁ ਸੌ ਦੇ ਕਰੀਬ ਬਸ ਠੀਕ ਹੈ ਨਾਰਮਲ ਆ ਬਿਲਕੁਲ ਤੇ ਲਾ ਤੁਸੀਂ ਆਪ ਵੀ ਸਕਦੇ ਕੋਈ ਇਹਦੇ ਵਿੱਚ ਔਖਾ ਕੰਮ ਨਹੀਂਗਾ ਹਨਾ ਤੇ ਸੀਟ ਦੇ ਉੱਪਰ ਕਵਰ ਨਾਰਮਲ ਕੀਤਾ ਹੋਇਆ ਐਨ ਵਧੀਆ ਆ ਕੰਫਰਟੇਬਲ ਆ ਸੀਟ ਪੂਰੀ ਤੇ ਹੁਣ ਆਪਾਂ ਸਿਸਟਮ ਦੀ ਗੱਲ ਕਰਦੇ ਵੀਰੇ ਕਿਹੜਾ ਕਿਹੜਾ ਸਬਵੂਫਰ ਮਤਲਬ ਬ੍ਰਾਂਡ ਆਪਾਂ ਇਹ 'ਚ ਕਿਹੜਾ ਕਿਹੜਾ ਯੂਜ਼ ਕੀਤਾ ਹੈ 6 ਭਾਜੀ ਪਾਈਨਰ ਆ ਠੀਕ ਹੈ 2 ਅਲਪਾਈਨ ਆ ਭਾਜੀ ਠੀਕ ਹੈ ਤੇ ਅਲਪਾਈਨ ਸਿੰਗਲ ਕੋਇਲ ਚ ਆਉਂਦਾ ਹਨਾ ਹਾਂਜੀ ਸਿੰਗਲ ਤੇ ਪਰ ਵਜਦਾ ਬਹੁਤ ਸੋਹਣਾ ਹਾਂਜੀ ਹਾਂਜੀ ਬਹੁਤ ਘੈਂਟ ਵਜਦਾ ਹਨਾ ਤੇ ਬਾਕੀ D4 12-11 ਲੱਗੇ ਹੋਏ ਤੇ ਫਰੰਟ ਸਾਈਡ ਤੇ ਦੇਦਾ ਦੇ 6 ਤੇ ਪੇਟੀ ਜਿਹੜੀ ਤਿਆਰ ਹੋਈ ਹੈ ਬਹੁਤ ਸੋਹਣੀ ਤਿਆਰ ਹੋਈ ਤੇ ਦੇਖੋ ਪਹਿਲਾਂ ਫਰੰਟ ਸਾਈਡ ਤੋਂ ਤੇ ਬਹੁਤ ਡਿਮਾਂਡ ਦੇ ਵਿੱਚ ਆ ਨਾ ਭਾਈ ਸਾਬੂ ਪਰ ਆਪਣੇ ਕੋਲ ਪਹਿਲਾਂ ਪੈਸੇ ਹਨਾ ਤੇ ਇਸ ਕਰਕੇ ਆ ਨਹੀਂ ਤੇ ਮਤਲਬ ਅੱਜ ਕੱਲ ਤਾਂ ਮਿਲਦਾ ਹੀ ਬਹੁਤ ਔਖਾ ਹੈ ਸਾਬੂ ਹੁਣ ਭਾਜੀ ਪਾਈਨਰ ਇਸ ਗੱਲ ਪਾਈਨ ਦੀ ਥੈਂ ਠੀਕ ਹੈ ਪਾਈਨਰ ਮਿਲਿਆ ਨਹੀਂ ਹੁਣ ਠੀਕ ਹੈ ਮਤਲਬ 12-11 ਨਹੀਂ ਮਿਲਿਆ ਹਨਾ ਇਹਦੀ ਵੈਸੇ ਹੀ ਬਾਹਲੀ ਡਿਮਾਂਡ ਜ਼ਿਆਦੀ ਆ ਜਦੋਂ ਚੀਜ਼ ਬੰਦ ਹੋ ਜਾਂਦੀ ਉਹ ਤਾਂ ਬਾਹਲਾ ਡਿਮਾਂਡ 'ਚ ਹੋ ਜਾਂਦਾ ਕੰਮ ਤੇ ਬੈਕ ਸਾਈਡ ਤੋਂ ਵੀ ਆਪਾਂ ਪੇਟੀ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਵਾਉਂਦੇ ਹਾਂ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਅਲਪਾਈਨ 2 ਲੱਗੇ ਹੋਏ ਤੇ ਉੱਪਰਲੀ ਸਾਈਡ ਤੇ ਸਪੀਕਰ 2 ਅਲਪਾਈਨ ਦੇ ਆ ਗੋਲ ਇਹ 6 ਇੰਚੀ ਹੈ ਨਾ ਹਾਂਜੀ 6 ਇੰਚੀ ਤੇ ਓਵਲ ਜਿਹੜੇ ਪਾਈਨਰ ਦੇ ਯੂਜ਼ ਕੀਤੇ ਫਰੰਟ ਸਾਈਡ ਤੇ ਜਿਹੜੇ ਉਹ ਵੀ ਪਾਈਨਰ ਦੇ ਹੀ ਓਵਲ ਆ ਨਾ ਹਾਂਜੀ ਹਾਂਜੀ ਦੋ ਸੋਨੀ ਦੇ ਆ ਦੋ ਸੋਨੀ ਦੇ ਹਾਂ ਤੇ ਉੱਪਰ ਆਪਾਂ ਤੁਹਾਨੂੰ ਫਿਟਿੰਗ ਜਿਹੜੀ ਦਿਖਾਉਂਦੇ ਆ ਤੇ ਭਰਾ ਮੋਨੋ ਕਿਹੜਾ ਕਿਹੜਾ 999 ਹੀ ਹਾਂਜੀ ਸ਼ਿਕਾਗੋ ਹੀ ਆ ਭਾਜੀ 999 ਹੈ ਨਾ ਬਾਲੀ ਗੈਂਟ ਮੋਨੋ ਆ ਹਨਾ ਵੀ ਜਿਹੜਾ ਮਰਜ਼ੀ ਜ਼ਾਬੂ ਫਿਰ ਤੇ ਲਾ ਦਿਓ ਉਹੋ ਹੀ ਚਲਾ ਦਿੰਦੀ ਹੈ ਨਾ ਤੇ ਨਾ ਸੜਦੀ ਤੇ ਨਾ ਸੜਦੀ ਇਹ ਮੇਨ ਚੀਜ਼ ਇਹ ਹੀ ਆ ਤੇ ਜਿਹੜੀ ਇਹ ਚੀਜ਼ ਲੱਗੀ ਵੀ ਇਹ ਵੀ ਸ਼ਿਕਾਗੋ ਹੀ ਆ ਭਾਜੀ ਮੋਨੋ ਹੀ ਆ ਭਾਜੀ ਮੋਨੋ ਹੀ ਆ ਵੀ ਠੀਕ ਆ ਬਹੁਤ ਮਤਲਬ ਮੈਨੂੰ ਆ ਘੈਂਟ ਚੀਜ਼ ਲੱਗੀ ਮਤਲਬ ਸ਼ਿਕਾਗੋ ਹੀ ਲਾਇਆ ਹੋਇਆ ਉੱਪਰਲੀ ਸਾਈਡ ਤੇ ਤੁਸੀਂ ਦੇਖ ਸਕਦੇ 999 ਥੱਲੇ 999 ਇਧਰ ਵੀ ਸ਼ਿਕਾਗੋ ਦਾ ਮੋਨੋ ਤੇ ਉੱਪਰਲੀ ਸਾਈਡ ਤੇ ਜਿਹੜਾ ਇੱਕ ਐਂਪ ਲੱਗਾ ਹੋਇਆ ਸਪੀਕਰਾਂ ਦੇ ਲਈ ਤੇ ਪੇਟੀ ਚੈੱਕ ਕਰੋ ਪਹਿਲਾਂ ਬੈਕ ਸਾਈਡ ਤੋਂ ਬਹੁਤ ਸੋਹਣੀ ਤੇ ਜਿਹੜੀ ਆਪਾਂ ਪਲੇਟ ਦੀ ਗੱਲ ਕਰਦੇ AK-47 ਦੇ ਨਾਲ ਉਹ ਇੱਧਰ ਲੱਗੀ ਤੇ ਦੇਖ ਸਕਦੇ ਤੇ ਰਾਤ ਨੂੰ ਮਤਲਬ ਘੈਂਟ ਲੱਗਦੀ ਉਹ ਜਗਦੀ ਹੈ ਨਾ ਨਾਲੇ ਐ ਸੋਹਣੀ ਚੀਜ਼ ਲੱਗਦੀ ਲੁੱਕ ਵੀ ਬਹੁਤ ਘੈਂਟ ਆ ਇਹਦੀ ਥਾਂ ਤੇ ਤੁਸੀਂ ਲਗਵਾਉਣੀ ਹੋਵੇ ਆਪਦੀ ਬੈਚਿੰਗ ਨਾਂ ਦੀ ਵਗੈਰਾ ਜੋ ਵੀ ਕਰਵਾ ਸਕਦੇ ਹੈ ਨਾ ਕੁਝ ਵੀ ਕਰਾ ਸਕਦੇ ਬਹੁਤ ਸੋਹਣੀ ਚੀਜ਼ ਲੱਗੀ ਮੈਨੂੰ ਇਹ ਤੇ ਬਾਕੀ ਹੁਣ ਆਪਾਂ ਰੂਪ ਦੀ ਗੱਲਬਾਤ ਕਰਦੇ ਆ ਤੇ ਵੀਰੇ ਸਿਸਟਮ ਦਾ ਜਿੱਦਾਂ ਮਤਲਬ ਕੀ ਕੋਸਟ ਆਪਾਂ ਨੂੰ ਸਿਸਟਮ ਦੀ ਕਿੰਨੀ ਕੁ ਪੈ ਗਈ ਇਹਦੇ ਚ ਕੋਸਟ ਭਾਜੀ ਓਵਰਆਲ ਖਰਚਾ ਹੀ ਮੈਂ ਦੇਖਿਆ ਭਾਜੀ ਓਵਰਆਲ ਮੇਰਾ ਉਹੀ 2 ਲੱਖ ਦੇ ਕਰੀਬ ਭਾਜੀ ਠੀਕ ਹੈ ਮਤਲਬ ਰੂਫ ਵਗੈਰਾ ਵੀ ਪਾ ਕੇ ਸਾਰਾ ਵਿੱਚ ਸਾਰਾ ਓਵਰਆਲ ਠੀਕ ਹੈ ਵੀਰੇ ਠੀਕ ਹੈ ਮਤਲਬ ਵੀ ਮੋਡੀਫਿਕੇਸ਼ਨ ਜਿੰਨੀ ਜਿੰਨੀ ਬੈਕ ਸਾਈਡ ਤੇ ਸਿਸਟਮ ਵਗੈਰਾ ਦੀ ਹੈਗੀ ਉਹ 2 ਦੇ ਵਿੱਚ ਪੈ ਗਿਆ ਹਨਾ ਠੀਕ ਹੈ ਤੇ ਜਿਹੜੀ ਰੂਫ ਤਿਆਰ ਹੋਈ ਆ ਉਹ ਗਿੱਲ ਭਰਾ ਦੇ ਕੋਲ ਹੋਈ ਆ ਉਹ ਵੀ ਤੁਸੀਂ ਦੇ ਸਕਦੇ ਆ ਫਰੰਟ ਸਾਈਡ ਤੇ 2 ਸਪੀਕਰ ਆ JVC ਦੇ ਤੇ ਨਾਲ ਵਿੱਚ ਹੀ ਪਲੇਅਰ ਦੀ ਫਿਟਿੰਗ ਆ ਉੱਪਰ ਬੈਜਿੰਗ ਕੀਤੀ ਹੋਈ ਆ ਤੇ ਵਿੱਚ ਕੈਨੇਡਾ ਦਾ ਝੰਡਾ ਚੈੱਕ ਕਰੋ ਰੂਫ ਤੇ ਸਾਈਡਾਂ ਤੇ 4 ਸਪੀਕਰ ਤੇ ਬਹੁਤ ਹੀ ਘੈਂਟ ਲੱਗਦੇ ਪਏ ਤੇ ਜਿੰਨੀ ਵੀ ਮਤਲਬ ਫਿਟਿੰਗ ਵਗੈਰਾ ਹੁੰਦੀ ਉਹ ਭਰਾ ਦੀ ਬਹੁਤ ਘੈਂਟ ਹੁੰਦੀ ਤੇ ਤੁਹਾਨੂੰ ਕਿਦਾਂ ਲੱਗਾ ਕੰਮ ਭਰਾ ਦਾ ਜ਼ਿਆਦਾ ਵਧੀਆ ਲੱਗਾ ਯਾਰ ਭਾਈ ਘੈਂਟ ਲੱਗਾ ਹਨ ਬੇਸ਼ੱਕ ਟਾਈਮ ਥੋੜਾ ਵੱਧ ਲੱਗਦਾ ਭਾਜੀ ਚੀਜ਼ ਵੀ ਮਤਲਬ ਇਦਾਂ ਆ ਵੀ ਕੰਮ ਕਾਲੀ ਵਿੱਚ ਨਹੀਂ ਕਰਕੇ ਦਿੰਦਾ ਹਨਾ ਜੇ ਕਾਲੀ 'ਚ ਕਰਾਂਗੇ ਫਿਰ ਕੋਈ ਨਾ ਕੋਈ ਚੀਜ਼ ਵਿੱਚ ਰਹਿ ਜਾਂਦੀ ਆ ਹਨਾ ਤੇ ਕੰਮ ਬਹੁਤ ਘੈਂਟ ਹੁੰਦਾ ਗਿੱਲ ਭਰਾ ਦਾ ਤੁਸੀਂ ਚੈੱਕ ਕਰ ਸਕਦੇ ਬਾਕੀ ਤੇ ਰੂਫ ਦਾ ਵੀਰੇ ਕੀ ਖਰਚਾ ਜਿੱਦਾਂ ਆਪਾਂ ਨੂੰ ਰੂਫ ਦਾ ਇਕੱਲੀ ਦਾ ਪਿਆ ਸੀ ਇਕੱਲੀ ਰੂਫ ਦਾ ਭਾਜੀ ਸਾਨੂੰ 15,000 ਰੁਪਈਆ ਖਰਚਾ ਪੈ ਗਿਆ ਠੀਕ ਆ ਤੇ ਬਾਕੀ ਮਤਲਬ ਜਿੱਦਾਂ ਦੀ ਹੋਰ ਚੀਜ਼ ਕਰਵਾਉਣੀ ਹੋਵੇ ਉਦਾਂ ਦਾ ਰੇਟ ਘੱਟ ਜਾਂ ਵੱਧ ਹੋ ਜਾਂਦਾ ਹਨਾ ਤੇ ਬਾਕੀ ਫਰੰਟ ਸਾਈਡ ਤੇ ਤੁਸੀਂ ਜਿਹੜੀ ਭਾਜੀ ਡਿਸਪਲੇ ਯੂਜ਼ ਕੀਤੀ ਮਲਟੀ ਕਲਰ ਆ ਨਹੀਂ ਨਹੀਂ ਭਾਜੀ ਸਿੰਗਲ ਕਲਰ ਸਿੰਗਲ ਹਨਾ ਤੇ ਕੀ ਕੋਸਟ ਇਹਦੀ ਆਪਾਂ ਨੂੰ ਪਈ ਸੀ ਇਹ ਭਾਜੀ ਉਹੀ 5,000 ਦੇ ਕਰੀਬ ਭਾਜੀ ਠੀਕ ਆ ਹਾਂਜੀ ਤੇ ਬਾਕੀ ਇਹ ਲੱਗੀ ਬਹੁਤ ਪਹਿਲਾਂ ਦੀ ਆ ਹਨਾ ਹਾਂਜੀ ਬਹੁਤ ਆਪਾਂ ਪਿਛਲੀ ਵੀਡੀਓ 'ਚ ਵੀ ਦਿਖਾਈ ਸੀਗੀ ਤੇ ਪਰ ਹੁਣ ਜਿਹੜੀ ਫਿਟਿੰਗ ਇਹਦੀ ਬਹੁਤ ਸੋਹਣੀ ਹੋ ਗਈ ਵੀ ਅੰਦਰਲੀ ਸਾਈਡ ਤੇ ਜਿਹੜੀ ਪਲੇਅਰ ਵਗੈਰਾ ਲੱਗ ਗਿਆ ਤੇ ਬਾਹਰਲੀ ਸਾਈਡ ਤੇ ਵੀ ਕਵਰ ਹੋ ਗਈ ਪ੍ਰੋਪਰ ਹਨਾ ਤੇ ਬਹੁਤ ਹੀ ਘੈਂਟ ਮੈਨੂੰ ਮੋਡੀਫਿਕੇਸ਼ਨ ਲੱਗੀ ਉਮੀਦ ਕਰਾਂਗੇ ਕਿ ਤੁਹਾਨੂੰ ਵੀ ਜਿਹੜੀ ਮੋਡੀਫਿਕੇਸ਼ਨ ਆ ਉਹ ਘੈਂਟ ਲੱਗੂਗੀ ਤੇ ਜਿਹੜੀ ਸੌਰੀ ਸਟੀਅਰਿੰਗ ਆਪਾਂ ਭੁੱਲ ਗਏ ਸੀਗੇ ਚੈਨ ਵਾਲਾ ਨਾਰਮਲ ਸਟੀਅਰਿੰਗ ਯੂਜ਼ ਕੀਤਾ ਇਹ ਵੀ ਪਹਿਲਾਂ ਦਾ ਲੱਗਾ ਹੋਇਆ ਤੇ ਹੁਣ ਭਰਾ ਜਲਦੀ GNW ਵਾਲੇ ਕੋ ਜਾਣ ਵਾਲਾ ਤੇ ਉਤੋਂ ਮਤਲਬ ਘੈਂਟ ਚੀਜ਼
ਤੇ ਬਾਕੀ ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਘੈਂਟ ਲੱਗੀ ਹੋਊਗੀ। ਵੀਡੀਓ ਘੈਂਟ ਲੱਗੀ ਤਾਂ ਮੇਰੇ ਭਰਾ ਲਾਈਕ ਸ਼ੇਅਰ 'ਚ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ, ਅਤੇ ਮੋਡੀਫਿਕੇਸ਼ਨ ਤੁਹਾਨੂੰ ਕਿਹੋ ਜਿਹੀ ਲੱਗੀ ਅਤੇ ਸੁੱਖੀ ਭਰਾ ਦਾ ਟ੍ਰੇਟਰ ਤੁਹਾਨੂੰ ਕਿਹੋ ਜਿਹਾ ਲੱਗਾ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ। ਚੈਨਲ 'ਤੇ ਕੋਈ ਭਰਾ ਨਵਾਂ ਆਇਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ, ਅੱਗੇ ਵੀ ਨਵੇਂ ਨਵੇਂ ਅਪਡੇਟ ਜਿਹੜੇ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਰਹਾਂਗੇ। ਅਤੇ NCS ਦਾ ਮਿਊਜ਼ਿਕ ਇੰਜੋਏ ਕਰੋ, ਪੰਜਾਬੀ ਵਰਜ਼ਨ ਲਈ ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹਾਂ। ਕੋਈ ਵੀ ਡਿਟੇਲ ਭਰਾ ਕੋਲੋਂ ਲੈਣੀ ਹੋਵੇ ਤਾਂ ਵੀ ਆਪਾਂ ID ਜਿਹੜੀ ਸਕਰੀਨ 'ਤੇ ਐਡ ਕਰ ਦਾਂਗੇ, ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਾਂਗੇ। ਭਰਾ ਕੋਲੋਂ ਵੀ ਕੋਈ ਡਿਟੇਲ ਲੈਣੀ ਹੋਵੇ ਤਾਂ ਐਨੀ ਟਾਈਮ DM ਕਰ ਸਕਦੇ ਹਾਂ। ਵੀਡੀਓ ਘੈਂਟ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਜੀ।